ਸਤਿ ਸ਼੍ਰੀ ਅਕਾਲ ਜੀ, ਰੋਇਲ ਕਲੈਕਸ਼ਨ ਐਂਡ ਬੁਟੀਕ ਰਾਜਪ੍ਰੈਸ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਫਿਰ ਤੋਂ ਤੁਹਾਡੇ ਵਾਸਤੇ ਇੱਕ ਬਹੁਤ ਪਿਆਰੀ ਜੀ ਵੀਡੀਓ ਲੈ ਕੇ ਆਈ ਹਾਂ। ਬਿਲਕੁਲ ਅਲੱਗ ਜਿਹਾ ਸਟੱਫ ਦੇਵਾਂਗੇ ਤੁਹਾਨੂੰ, ਨਵਾਂ ਸਟੱਫ ਹੈ ਬਿਲਕੁਲ, ਜਿਹੜਾ ਸਾਡੇ ਪਾਸ ਆਇਆ ਜੀ ਇਸ ਟਾਈਮ, ਸ਼ਿਮਰ ਕੋਟਨ ਦੇ ਉੱਪਰ। ਸ਼ਿਮਰ ਦੇ ਵਿੱਚ ਅਸੀਂ ਤੁਹਾਨੂੰ ਫੰਕਸ਼ਨਲ ਸੂਟ ਵੀ ਦਿੰਦੇ ਹਾਂ, ਮਸਲੀਨ ਅਤੇ ਸ਼ਿਮਰ ਵੀ ਦਿੰਦੇ ਹਾਂ। ਅੱਜ ਅਸੀਂ ਤੁਹਾਨੂੰ ਕੋਟਨ ਅਤੇ ਸ਼ਿਮਰ ਦੇਵਾਂਗੇ, ਮਤਲਬ ਇੱਕ ਜਿੱਦਾਂ ਪਾਰਟੀ ਵੇਅਰ ਲੁੱਕ ਹੁੰਦੀ ਹੈ ਸੂਟ ਦੀ ਸ਼ਾਈਨ ਦੇ ਨਾਲ, ਹਲਕਾ ਜਿਹਾ ਉੱਦਾਂ ਦਾ ਇਹਦੇ ਵਿੱਚ ਸ਼ਾਈਨ ਰਹੇਗੀ। ਪਰ ਵਿਦਾਊਟ ਲਾਈਨਿੰਗ ਸੂਟ ਬਣੇਗਾ, ਵਿਦਾਊਟ ਤੁਸੀਂ ਪ੍ਰੈਸ ਪਾ ਸਕਦੇ ਹੋ, ਸਟੱਫ ਬਹੁਤ ਜ਼ਿਆਦਾ ਫਾਈਨ ਆ। ਬਣਨ ਤੋਂ ਬਾਅਦ ਲੁੱਕ ਥੋੜ੍ਹੀ ਸਰਦਾਰੀ ਜੀ ਆ ਸਕਦੀ ਇਹਨਾਂ ਦੀ, ਅਗਰ ਤੁਸੀਂ ਇਹਨੂੰ ਕਿਸੇ ਮਤਲਬ ਸਟਿਚਿੰਗ ਦੇ ਟਾਈਮ ਥੋੜ੍ਹਾ ਕਿਸੇ ਵਧੀਆ ਜਿਹੇ ਢੰਗ ਨਾਲ ਸਟਿਚ ਕਰਵਾਉਂਦੇ ਹੋ, ਲੇਸ ਲਗਵਾ ਲਓ, ਪੌਂਚੇ ਵਰਕ ਕਰਵਾ ਲਓ, ਜਾਂ ਕਿਸੇ ਵੀ ਸਟਾਈਲ ਨਾਲ ਤੁਸੀਂ ਇਹਨਾਂ ਨੂੰ ਸਟਿਚ ਕਰਵਾ ਸਕਦੇ ਹੋ। ਦੁਪੱਟੇ ਤੁਹਾਨੂੰ ਲੈਣੇ ਪੈਣਗੇ ਜੀ, ਵਿਦਾਊਟ ਦੁਪੱਟਾ ਸੂਟ ਰਹਿਣਗੇ। ਪ੍ਰਾਈਸ ਰਹੇਗਾ ਸਾਰੀ ਹੀ ਵੀਡੀਓ ਦਾ 1500, ਵਿਦਾਊਟ ਦੁਪੱਟਾ 1500 ਦਾ ਸੂਟ ਆ। ਜਿਹੜਾ ਵੀ ਸੂਟ ਤੁਸੀਂ ਲੈਣਾ ਉਹ ਲੈ ਸਕਦੇ ਹੋ। ਅਤੇ ਇੱਕ ਮੈਂ ਸੂਟ ਪਾਏ ਸੀਗੇ, ਕਰਸ਼ ਕੋਟਨ ਦੇ ਸੂਟ ਪਾਏ ਸੀਗੇ, 1500 ਦਾ ਪਾਇਆ ਸੀਗਾ ਜੀ। ਉਹਦੇ ਵਿੱਚ ਕਿਸੇ ਨੇ ਕਮੈਂਟ ਕੀਤਾ, ਕਹਿੰਦੇ ਅਸੀਂ ਵੀ AK ਦਾ ਹੀ ਅਸੀਂ 1300 ਦਾ ਸੂਟ ਦੇ ਰਹੇ ਹਾਂ। ਮੈਂ ਤੁਹਾਨੂੰ ਬਾਰ ਬਾਰ ਕਹਿੰਦੀ ਹਾਂ ਕਿ ਹਰੇਕ ਬ੍ਰਾਂਡ ਦੇ ਵਿੱਚ ਹਰੇਕ ਤਰ੍ਹਾਂ ਦਾ ਸਟੱਫ ਆਉਂਦਾ ਹੈ, ਪ੍ਰਿੰਟ ਬੇਸ਼ੱਕ, ਕਿਉਂਕਿ ਇੱਕੋ ਹੀ ਬ੍ਰਾਂਡ ਦੇ ਇੱਕੋ ਹੀ ਸਟੱਫ, ਅਲੱਗ ਅਲੱਗ ਸਟੱਫ ਦੇ ਉੱਪਰ ਪ੍ਰਿੰਟਿੰਗ ਆ ਸਕਦੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਠੀਕ ਹੈ ਜੀ, ਬਾਕੀ ਤੁਹਾਡੀ ਮਰਜ਼ੀ ਹੈ, ਜਿਹੜੇ ਮੇਰੇ ਤਾਂ ਰੈਗੂਲਰ ਕਸਟਮਰ ਨੇ, ਮੈਨੂੰ ਉਹਨਾਂ ਤੋਂ ਕੋਈ ਡਾਊਟ ਨਹੀਂ ਹੈਗਾ। ਸਾਰੇ ਜਿੱਦਾਂ ਇੱਕ ਵਾਰੀ ਬਾਏ ਕਰਦੇ, ਉਹਨਾਂ ਨੂੰ ਮੇਰੇ 'ਤੇ ਇੰਨਾ ਕੁ ਜ਼ਿਆਦਾ ਟਰੱਸਟ ਬਣਿਆ ਹੋਇਆ ਲੈ ਰਹੇ ਨੇ। ਮੇਰੀ ਵੀਡੀਓ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ, ਜਦੋਂ ਮੇਰੇ ਕਮੈਂਟ ਆਉਂਦੇ ਨੇ ਤਾਂ ਟੱਚ ਵੁੱਡ ਮੈਨੂੰ ਕਦੇ ਕੋਈ ਨੈਗੇਟਿਵ ਕਮੈਂਟ ਨਹੀਂ ਆਉਂਦਾ ਹੈਗਾ। ਕੋਈ ਇੱਕ ਅੱਧਾ ਹੁੰਦਾ, ਉਹ ਤਾਂ ਨੇੜੇ ਤੇੜੇ ਦਾ ਜਲਸੀ ਕਰਨ ਵਾਲਾ ਹੀ ਜ਼ਿਆਦਾਤਰ ਹੋ ਸਕਦਾ ਹੈ। ਅਤੇ ਬਾਕੀ ਤੁਸੀਂ ਅੱਜ ਦੀ ਵੀਡੀਓ ਨੂੰ ਧਿਆਨ ਨਾਲ ਦੇਖਿਓ, ਬਹੁਤ ਸੋਹਣੇ ਸੂਟ ਲੈ ਕੇ ਆਏ ਤੁਹਾਡੇ ਵਾਸਤੇ। ਬੁਕਿੰਗ ਲਈ ਨੰਬਰ ਹੋਊਗਾ ਜੀ 8283 8283 81 ਨੰਬਰ ਆ, ਇਸੇ ਤੁਸੀਂ ਸਕਰੀਨਸ਼ੋਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ। ਕਲਰ ਬਹੁਤ ਸੋਹਣੇ ਨੇ, ਪ੍ਰਿੰਟ ਬਹੁਤ ਸੋਹਣੇ ਨੇ, ਅਤੇ ਸਟੱਫ ਤਾਂ ਤੁਹਾਨੂੰ ਬਿਲਕੁਲ ਨਵਾਂ ਦੇ ਰਹੇ ਹਾਂ। ਕੋਟਨ ਦੇ ਉੱਪਰ ਰਹੇਗਾ ਜੀ ਸੂਟ, ਇਹ ਵਿਦਾਊਟ ਲਾਈਨਿੰਗ ਬਣੇਗਾ ਸੂਟ। ਪ੍ਰਿੰਟਿੰਗ ਦੇਖ ਲਓ ਜੀ ਸੂਟ ਦੀ, ਪਹਿਲਾਂ ਮੈਂ ਤੁਹਾਨੂੰ ਥੋੜ੍ਹਾ ਜਿਹਾ ਸਟੱਫ ਦੇ ਬਾਰੇ ਦੱਸ ਦੇਵਾਂ। ਇਹ ਤਾਂ ਹੈਗਾ ਜੀ ਬਿਲਕੁਲ ਸਟੱਫ ਵਿਦਾਊਟ ਲਾਈਨਿੰਗ ਪੈਣ ਵਾਲਾ, ਕੋਈ ਸੀ ਥਰੂ ਨਹੀਂ ਹੈਗਾ, ਕੁਛ ਵੀ ਨਹੀਂ ਇਹਦੇ ਵਿੱਚ, ਕੋਈ ਚੁਭਣ ਵਾਲਾ ਸਟੱਫ ਨਹੀਂ ਹੈਗਾ। ਦੇਖੋ ਹਲਕੀ ਜਿਹੀ ਲਾਈਨ ਆ, ਇਹ ਵੀ ਬਿਲਕੁਲ ਸੋਫਟ ਹੈ ਜੀ, ਕੋਈ ਚੁਭਣ ਵਾਲੀ ਨਹੀਂ ਹੈਗੀ ਸ਼ਾਈਨ ਆ, ਸਿਰਫ ਸਟੱਫ ਨੂੰ ਇੱਕ ਵਧੀਆ ਇੱਕ ਨਵਾਂ ਸਟੱਫ ਦੇਣ ਕਰਕੇ, ਕਿਉਂਕਿ ਸ਼ਿਮਰ ਬਹੁਤ ਸੋਹਣੀ ਲੱਗਦੀ ਹੈ ਪਾਈ ਹੋਈ, ਅਗਰ ਤੁਸੀਂ ਪਾਰਟੀ ਵੇਅਰ ਵੀ ਪਾਉਂਦੇ ਹੋ ਜਿੱਦਾਂ ਵੀ। ਇਹ ਹੁਣ ਕੋਟਨ ਅਤੇ ਸ਼ਿਮਰ ਆਈ ਆ, ਵਿਦਾਊਟ ਲਾਈਨਿੰਗ ਸੂਟ ਬਣੇਗਾ। ਇਹ ਸੇਮ ਦੇ ਵਿੱਚ ਇਹ ਦੋ ਸੂਟ ਨੇ ਜੀ, ਜਿੱਦਾਂ ਇਹ ਦੋ ਸ਼ਰਟਾਂ ਨੇ ਮੇਰੇ ਕੋਲ, ਕਟਿੰਗ ਹੋਈ ਵੀ ਇਹਨਾਂ ਦੀ, ਠੀਕ ਹੈ। ਬਸ ਅਲੱਗ ਅਲੱਗ ਹੀ ਕਰਨੀ ਆ, ਇੱਕ ਥਾਂ ਦੇ ਵਿੱਚ ਦੋ ਦੋ ਸੂਟ ਹੁੰਦੇ ਆ, ਅਸੀਂ ਉਤਾਰ ਲਏ ਥਾਨਾਂ ਤੋਂ ਇਹ ਸੂਟ, ਅਤੇ ਸੇਮ ਹੀ ਪ੍ਰਿੰਟ ਦੇ ਵਿੱਚ, ਲਾਈਟ ਪ੍ਰਿੰਟ ਦੇ ਵਿੱਚ, ਠੀਕ ਹੈ। ਇਹਦੀ ਸਲਵਾਰ ਹੋਊਗੀ, ਸਲਵਾਰ ਵੀ ਸ਼ਿਮਰ ਸਟੱਫ 'ਤੇ ਹੀ, ਕੋਟਨ 'ਤੇ ਹੀ ਰਹੇਗੀ, ਪਿਓਰ ਕੋਟਨ ਹੈ ਜੀ ਇਹ, ਵਿਦਾਊਟ ਲਾਈਨਿੰਗ ਬਣੇਗਾ, ਸੋਫਟ ਸਟੱਫ ਆ। ਈਵਨ ਕਿ ਇਹਨੂੰ ਪ੍ਰੈਸ ਕਰਨ ਦੀ ਵੀ ਜ਼ਰੂਰਤ ਨਹੀਂ ਹੈਗੀ, ਸਟੱਫ ਇੰਨਾ ਕੁ ਵਧੀਆ, ਠੀਕ ਹੈ ਜੀ। ਇਹ ਜਿੱਦਾਂ ਨੈਗੇਟਿਵ ਪੋਜ਼ਿਟਿਵ ਪ੍ਰਿੰਟ ਅੱਜ ਕੱਲ੍ਹ ਬਹੁਤ ਜ਼ਿਆਦਾ ਚੱਲਦੇ ਆ, ਸਲਵਾਰ ਅਤੇ ਡਾਰਕ ਲਾਈਟ ਜਿਵੇਂ ਚੱਲਦੇ ਆ, ਉਹ ਵਾਲਾ ਸਟੱਫ ਹੈ ਇਹ, ਸੋਰੀ ਡਿਜ਼ਾਈਨ ਹੈ ਇਸਦਾ। ਇਹਦੇ ਵਿੱਚ ਕਲਰ ਦੇਖ ਲਓ ਤੁਸੀਂ, 1500 ਪ੍ਰਾਈਸ ਆ ਜੀ, ਸ਼ਿਪਿੰਗ ਰਹੇਗੀ ਅਲੱਗ ਤੋਂ। ਗ੍ਰੇ ਕਲਰ ਆ, ਠੀਕ ਹੈ, ਫੁੱਲ ਬ੍ਰਾਂਡਿਡ ਪੀਸ ਮਿਲਣਗੇ ਤੁਹਾਨੂੰ ਸਾਰੇ, ਅਤੇ ਇੱਕ ਇਹਦੇ ਵਿੱਚ ਹੋਰ ਬਹੁਤ ਪਿਆਰਾ ਕਲਰ ਆ, ਇਹ ਰਹੇਗਾ ਜੀ ਬਹੁਤ ਸੋਹਣਾ ਜਿਹਾ ਸ਼ੇਡ। ਪ੍ਰਿੰਟ ਦੇਖੋ ਕਿੰਨੇ ਸੋਹਣੇ ਆ, ਸ਼ਰਟ ਦਾ ਪ੍ਰਿੰਟ ਦੇਖੋ। ਇਹ ਦੋ ਦੋ ਸੂਟ ਨੇ ਸੇਮ ਦੇ ਵਿੱਚ, ਠੀਕ ਹੈ।
ਠੀਕ ਹੈ ਜੀ। ਇਹਦੇ ਵਿੱਚ ਵੀ ਦੇਖੋ ਇਹ ਦੋ ਨੇ ਸੂਟ, ਅਸੀਂ ਜਿੱਦਾਂ ਇਹ ਇਹਨਾਂ ਨੂੰ ਕੈਂਚੀ ਮਾਰ ਕੇ ਅਲੱਗ ਅਲੱਗ ਤਾਂ ਕਰ ਲਿਆ, ਪਰ ਹੁਣ ਤੈਅ ਅਲੱਗ ਅਲੱਗ ਹੋਏਗੀ ਇਹਨਾਂ ਦੇ। ਇਹ ਦੇਖੋ ਇਹ ਦੋ ਦੋ ਪੀਸ ਨੇ ਜੀ, ਇੱਦਾਂ ਦੋ ਸ਼ਰਟਸ ਨੇ, ਠੀਕ ਹੈ, ਅਤੇ ਦੋ ਦੋ ਹੀ ਸਲਵਾਰਾਂ, ਢਾਈ ਢਾਈ ਮੀਟਰ ਦੀ ਕੱਟ ਰਹੇਗੀ ਇਹਨਾਂ ਦੇ। ਤੁਸੀਂ ਸੇਮ ਸੇਮ ਸੂਟ ਲੈਣੇ ਆ, ਦੋ ਸੇਮ ਸੇਮ ਲੈ ਸਕਦੇ ਹੋ, ਉਹ ਤੁਹਾਡੇ 'ਤੇ ਡਿਪੈਂਡ ਆ। 1500 ਹੈਗਾ ਜੀ ਪ੍ਰਾਈਸ। ਨੈਕਸਟ ਡਿਜ਼ਾਈਨ ਦਿਖਾਉਂਦੇ ਹਾਂ ਤੁਹਾਨੂੰ। ਇਹ ਅਸੀਂ ਇਕੱਲਾ ਇਕੱਲਾ ਕੀਤਾ ਹੋਇਆ ਸੂਟ ਆ ਸਾਰਾ, ਸਾਰਿਆਂ ਦੇ ਵਿੱਚ ਤੁਹਾਨੂੰ ਦੋ ਦੋ ਸੂਟ ਮਿਲ ਜਾਣਗੇ। ਦੇਖੋ ਜੀ ਸੂਟ ਪ੍ਰਿੰਟ ਦੇਖੋ, ਕਲਰ ਦੇਖੋ, ਜਿਹੜਾ ਵੀ ਦੁਪੱਟਾ ਤੁਹਾਡੇ ਕੋਲ ਹੈਗਾ। ਕਈ ਵਾਰੀ ਹੁੰਦਾ ਕਿ ਸਾਨੂੰ ਇਹ ਦੁਪੱਟਾ ਬਹੁਤ ਸੋਹਣਾ ਲੱਗਦਾ, ਇਹਦਾ ਕਲਰ ਬਹੁਤ ਸੋਹਣਾ ਲੱਗਦਾ, ਕੋਈ ਨਾ ਕੋਈ ਸੂਟ ਤਾਂ ਤੁਹਾਨੂੰ ਉਸ ਕਲਰ ਦਾ ਮਿਲ ਹੀ ਜਾਏਗਾ, ਤੁਸੀਂ ਆਪਣੇ ਉਸ ਦੁਪੱਟੇ ਨਾਲ ਮੈਚ ਕਰ ਸਕਦੇ ਹੋ। ਇਹ ਸਲਵਾਰ ਹੈ ਜੀ, ਸਲਵਾਰ 'ਤੇ ਵੀ ਪ੍ਰਿੰਟਿੰਗ ਬਹੁਤ ਸੋਹਣੀ ਆ, ਠੀਕ ਹੈ ਜੀ। ਨੈਕਸਟ ਹੈਗਾ ਇਹਦੇ ਵਿੱਚ ਇਹ ਵਾਲਾ ਕਲਰ, ਬਹੁਤ ਸੋਹਣੇ ਸੋਹਣੇ ਜੇ ਕਲਰ ਇਹਨਾਂ ਦੇ। ਇਹ ਸਲਵਾਰ ਦਾ ਕਲਰ ਹੈ ਜੀ, ਠੀਕ ਹੈ। ਬਹੁਤ ਪਿਆਰਾ ਜਿਹਾ ਸ਼ੇਡ ਆ, ਮਹਿੰਦੀ ਜਿਹਾ ਕਲਰ ਆ ਜੀ, ਨਿਓਨ ਜਿਹਾ ਸ਼ੇਡ, ਬਹੁਤ ਸੋਹਣਾ ਕਲਰ ਆ। ਇਹ ਹੈਗੀ ਹੈ ਸਲਵਾਰ, ਠੀਕ ਹੈ। ਇਸ ਪ੍ਰਿੰਟ ਦੇ ਵੀ ਤਿੰਨ ਕਲਰ ਨੇ, ਤਿੰਨੋਂ ਹੀ ਕਲਰ ਬਹੁਤ ਸੋਹਣੇ ਆ। 1500 ਪ੍ਰਾਈਸ ਆ ਜੀ। ਕੋਟਨ ਸ਼ਿਮਰ ਦਾ ਸਟੱਫ ਆ। ਦੇਖੋ ਜੀ ਨੈਕਸਟ ਸੂਟ, ਬਹੁਤ ਸੋਹਣੇ ਸੂਟ ਆ, ਫੁੱਲ ਬ੍ਰੈਂਡਿਡ। ਇਹ ਹੈਗਾ ਜੀ ਇਹਦੀ ਸ਼ਰਟ ਦਾ ਕਲਰ, ਸੋਰੀ ਸਲਵਾਰ ਦਾ ਕਲਰ, ਅਤੇ ਸ਼ਰਟ ਵਾਲਾ ਸੇਮ ਪ੍ਰਿੰਟ ਲਾਈਟ ਦੇ ਵਿੱਚ ਹੋ ਜਾਏਗਾ, ਠੀਕ ਹੈ ਜੀ। ਨੈਕਸਟ ਤੁਹਾਨੂੰ ਮਿਲ ਜਾਏਗਾ ਪਿੰਕ ਕਲਰ, ਪਰਪਲ ਪਿੰਕ ਜਿਹਾ ਬਹੁਤ ਸੋਹਣਾ ਕੰਟਰਾਸਟ ਆ, ਸਲਵਾਰ ਦਾ ਇਹ ਵਾਲਾ ਕਲਰ ਰਹੇਗਾ। ਇਹ ਵੀ ਰਾਮਾ ਗ੍ਰੀਨ ਜਿਹਾ ਬਹੁਤ ਸੋਹਣਾ ਸ਼ੇਡ ਆ ਜੀ, ਇਹ ਸਲਵਾਰ ਦਾ ਕਲਰ ਆ, ਠੀਕ ਹੈ। ਅਤੇ ਇਹ ਹੈਗੀ ਆ ਜੀ ਸ਼ਰਟ, 1500 ਪ੍ਰਾਈਸ ਦੇ ਵਿੱਚ ਰਹਿਣਗੇ ਇਹ ਸੂਟ ਸਾਰੇ। ਨੈਕਸਟ ਦਿਖਾਉਂਦੇ ਹਾਂ ਤੁਹਾਨੂੰ ਡਿਜ਼ਾਈਨ। ਦੋ ਦੋ ਸੂਟ ਨੇ ਸਾਰੇ ਇਹ, ਠੀਕ ਹੈ ਜੀ। ਕਲਰ, ਡਿਜ਼ਾਈਨ, ਪ੍ਰਿੰਟ ਇਹਨਾਂ ਦੇ ਬਹੁਤ ਸੋਹਣੇ ਆ। ਇਹ ਹੈਗਾ ਜੀ ਇਹਦਾ ਸਲਵਾਰ ਦਾ ਕਲਰ, ਮਸਟਰਡ ਜਿਹਾ ਸ਼ੇਡ ਆ, ਬਹੁਤ ਪਿਆਰਾ ਜਿਹਾ। ਅਤੇ ਇੱਕ ਤੁਹਾਨੂੰ ਇਹਦੇ ਵਿੱਚ ਮਿਲ ਜਾਏਗਾ ਗ੍ਰੇ ਕਲਰ, ਇਹ ਰਹੇਗਾ ਸਲਵਾਰ ਦਾ ਡਾਰਕ ਗ੍ਰੇ ਕਲਰ, ਠੀਕ ਹੈ। ਅਤੇ ਇਹ ਆ ਗਈ ਜੀ ਸ਼ਰਟ, ਇਹ ਦੇਖੋ ਕਿੰਨੇ ਸੋਹਣੇ ਕਲਰ ਆ, ਹਲਕਾ ਜਿਹਾ ਮਲਟੀ ਜਿਹਾ ਸ਼ੇਡ ਆ ਜਾਂਦਾ ਹੈ, ਫਿਰੋਜ਼ੀ ਕਲਰ ਦੀ ਸਲਵਾਰ ਆ। ਤੁਸੀਂ ਵਰਕ ਕਰਵਾਉਣਾ ਕਰਵਾ ਸਕਦੇ ਹੋ ਪਹੁੰਚਿਆਂ, ਅਤੇ ਨਹੀਂ ਕਰਵਾਉਣਾ ਤਾਂ ਇੱਦਾਂ ਹੀ ਸੂਟ ਦੀ ਲੁੱਕ ਬਹੁਤ ਸੋਹਣੀ ਆਉਣ ਵਾਲੀ ਆ। ਇਹਨਾਂ ਨੂੰ ਤੁਸੀਂ ਸਟਰੇਟ ਸੂਟ ਬਣਵਾ ਸਕਦੇ ਹੋ, ਫਰੋਕ ਸੂਟ ਬਣਾ ਸਕਦੇ ਹੋ, ਕਿਸੇ ਵੀ ਤਰ੍ਹਾਂ ਗੋਲ ਪੱਲਿਆਂ ਨਾਲ ਕੋਲਰ ਦਾ ਅੱਜ ਕੱਲ੍ਹ ਕਾਫੀ ਟਰੈਂਡ ਆ, ਤੁਸੀਂ ਉਹ ਸੂਟ ਇਹਨਾਂ ਦੇ ਰੈਡੀ ਕਰਵਾ ਸਕਦੇ ਹੋ। ਦੇਖੋ ਜੀ ਕਲਰ, ਪ੍ਰਿੰਟ, ਪ੍ਰਿੰਟ ਦੇਖੋ ਸੂਟ ਦਾ, ਕਲਰ ਵੀ ਬਹੁਤ ਸੋਹਣਾ, ਪ੍ਰਿੰਟ ਵੀ ਬਹੁਤ ਸੋਹਣਾ। ਅਤੇ ਕਲਰ ਹੈ ਜੀ ਇਹ ਪਿਸਤਾ,
ਸਲਵਾਰ ਦਾ, ਸਲਵਾਰ ਤੁਹਾਨੂੰ ਦਿਖਦਾ ਹੋਏਗਾ ਕੈਮਰੇ ਦੇ ਵਿੱਚ, ਬਹੁਤ ਸੋਹਣਾ ਲਾਈਟ ਲਾਈਟ ਜਿਹਾ ਪ੍ਰਿੰਟ ਆ। ਕਲਰ ਤਾਂ ਇੱਕ ਤੋਂ ਇੱਕ ਨੇ, ਕਮੈਂਟ ਕਰਕੇ ਜ਼ਰੂਰ ਦੱਸ ਦਿਓ ਪ੍ਰਿੰਟ ਤੁਹਾਨੂੰ ਕਿੱਦਾਂ ਲੱਗੇ ਸਾਰੇ। ਇਹਦੇ ਨਾਲ ਮਿਲ ਜਾਏਗਾ ਜੀ ਤੁਹਾਨੂੰ ਇਹ ਸਲਵਾਰ ਮਹਿੰਦੀ ਮਸਟਰਡ ਜੀ, ਬਹੁਤ ਸੋਹਣੀ ਸਲਵਾਰ ਆ, ਮੈਨੂੰ ਵੀ ਸੋਹਣੇ ਲੱਗੇ ਸੂਟ ਇਹ, ਮੈਂ ਵੀ ਸੂਟ ਬਣਾਵਾਂਗੀ ਇੱਕ ਆਪਣਾ ਇਹਨਾਂ ਦੇ ਵਿੱਚੋਂ, ਇਹਨਾਂ ਦਾ ਪ੍ਰਿੰਟ ਵੀ ਮੈਨੂੰ ਬਹੁਤ, ਸਾਰੇ ਸੂਟ ਬਹੁਤ ਸੋਹਣੇ ਆ। ਇਹ ਹੈਗੇ ਆ ਜੀ ਸਲਵਾਰ, ਮੈਂ ਕਦੇ ਵੀ ਇਹ ਨਹੀਂ ਹੈਗਾ ਕਿ ਆਪਣੇ ਲਈ ਪਹਿਲਾਂ ਚੋਇਸ ਕਰਕੇ ਰੱਖ ਲੈਂਦੀ ਹਾਂ ਸੂਟ ਦੀ, ਵੀ ਪਹਿਲਾਂ ਮੈਂ ਆਪ ਬਣਾਉਂਦੀ ਹਾਂ ਫਿਰ ਮੈਂ ਤੁਹਾਨੂੰ ਦਿੰਦੀ ਹਾਂ, ਕਿਉਂਕਿ ਜਿਹੜਾ ਮੈਂ ਵੀਡੀਓ ਦਿਖਾਉਂਦੇ ਦਿਖਾਉਂਦੀ ਕੁਛ ਮੈਨੂੰ ਲੱਗਦਾ ਵੀ ਹਾਂ ਬਹੁਤ ਸੋਹਣੇ ਆ, ਵੈਸੇ ਤਾਂ ਸੂਟ ਸਾਰੇ ਸੋਹਣੇ ਹੁੰਦੇ ਆ, ਕੁਛ ਇੱਕ ਖਾਸ ਹੁੰਦੇ ਆ ਵੀ ਚੱਲ ਇਹ ਬਣਾਉਂਦੇ ਹਾਂ ਆਪਣੇ ਨੂੰ। ਇਹ ਦੇਖੋ ਪ੍ਰਿੰਟ ਕਿੰਨਾ ਪਿਆਰਾ, ਇੱਦਾਂ ਦੇ ਸੂਟਾਂ ਦੇ ਡਿਜ਼ਾਈਨਰ ਪੀਸ ਬਣੇ ਹੋਏਗੇ, ਕਿੰਨੇ ਸੋਹਣੇ ਲੱਗਣਗੇ। ਇਹ ਹੈਗੀ ਹੈ ਜਿਹਦੀ ਸਲਵਾਰ, ਠੀਕ ਹੈ, ਵਿਦਾਊਟ ਲਾਈਨਿੰਗ ਹੈ, ਸਭ ਤੋਂ ਵੱਡੀ ਗੱਲ ਹੈ ਜੀ, ਤੁਹਾਨੂੰ ਸ਼ਾਈਨ ਵੀ ਮਿਲਦੀ ਹੈ ਹਲਕੇ ਜਿਹੇ ਸਟੱਫ ਦੇ ਵਿੱਚ, ਅਤੇ ਵਿਦਾਊਟ ਲਾਈਨਿੰਗ ਆ, ਕੋਈ ਇਹਦੇ ਵਿੱਚ ਚੁੱਭਣ ਵਾਲਾ ਨਹੀਂ ਹੈਗਾ ਕੁਛ ਵੀ। ਅਤੇ ਇਹ ਹੈਗਾ ਇਹਦਾ ਨੈਕਸਟ ਕਲਰ, ਅਤੇ ਇਹ ਹੈਗਾ ਜਿਹਦੀ ਸਲਵਾਰ ਦਾ ਕਲਰ, ਠੀਕ ਹੈ। 1500 ਦਾ ਸੂਟ ਆ, ਸ਼ਿਪਿੰਗ ਰਹੇਗੀ ਅਲੱਗ ਤੋਂ, ਅਤੇ ਸਟੱਫ ਬਹੁਤ ਜ਼ਿਆਦਾ ਫਾਈਨ ਆ। ਇਹ ਹੈਗਾ ਜਿਹਦੀ ਸਲਵਾਰ ਦਾ ਕਲਰ, ਠੀਕ ਹੈ। ਨੈਕਸਟ ਦੇ ਰਹੀ ਹਾਂ ਤੁਹਾਨੂੰ, ਇਹਨਾਂ ਸਾਰਿਆਂ ਦੇ ਵਿੱਚ ਤੁਹਾਨੂੰ ਦੋ ਦੋ ਸੂਟ ਮਿਲ ਜਾਣਗੇ, ਜਿੰਨੇ ਵੀ ਮੈਂ ਸੂਟ ਦਿਖਾਏ ਆ ਇੱਕ ਇੱਕ ਕਲਰ ਦੇ, ਤੁਹਾਨੂੰ ਦੋ ਦੋ ਸੂਟ ਮਿਲ ਜਾਣਗੇ। ਇਹ ਹੈਗਾ ਜੀ ਸਲਵਾਰ ਦਾ ਕਲਰ, ਪ੍ਰਿੰਟਿੰਗ ਬਹੁਤ ਸੋਹਣੀ ਆ ਸੂਟ ਦੀ, ਦੇਖੋ ਜੀ ਸੂਟ ਕਲਰ ਪ੍ਰਿੰਟ ਇੱਕ ਤੋਂ ਇੱਕ। ਗਰਮੀ 'ਚ ਪਾਉਣ ਵਾਲੇ ਕਲਰ ਨੇ ਸਾਰੇ। ਇਹ ਹੈਗੀ ਹੈ ਜੀ ਸਲਵਾਰ, ਨੈਕਸਟ ਪ੍ਰਿੰਟ ਤਾਂ ਹੋਰ ਵੀ ਬਹੁਤ ਸੋਹਣਾ ਹੈ, ਦੇਖੋ ਜੀ ਪ੍ਰਿੰਟਿੰਗ, ਹਰੇਕ ਤਰ੍ਹਾਂ ਦਾ ਪ੍ਰਿੰਟ ਅੱਜ ਦੀ ਵੀਡੀਓ 'ਚ ਵੱਡਾ ਛੋਟਾ। ਇਹ ਹੈਗਾ ਸਲਵਾਰ ਦਾ ਕਲਰ, ਠੀਕ ਹੈ, ਸੇਮ ਹੀ ਪ੍ਰਿੰਟਰ 'ਚ ਇੱਕ ਤੁਹਾਨੂੰ ਮਿਲ ਜਾਏਗਾ ਫਰੋਜ਼ੀ ਸੀ ਗ੍ਰੀਨ ਜਿਹਾ ਸ਼ੇਡ ਇਹ। ਇਹ ਹੈਗੀ ਜੀ ਸਲਵਾਰ, ਇਹ ਨੈਕਸਟ ਸੂਟ ਦੀ ਸਲਵਾਰ ਦਾ ਕਲਰ ਆ, ਅਤੇ ਇਹ ਹੈਗਾ ਜੀ ਸੂਟ, ਠੀਕ ਹੈ, ਇੱਦਾਂ ਦਾ ਬਹੁਤ ਪਿਆਰਾ ਜਿਹਾ ਸੂਟ ਹੈ। ਇਹ ਪ੍ਰਿੰਟ ਇੱਦਾਂ ਲੱਗ ਰਿਹਾ ਜਿਵੇਂ ਪੇਂਟ ਕੀਤਾ ਹੁੰਦਾ, ਬਹੁਤ ਸੋਹਣੀ ਲੁੱਕ ਆ, ਦੇਖੋ ਸੂਟ। ਇਹ ਹੈਗਾ ਜੀ ਇਹਦੀ ਸਲਵਾਰ ਦਾ ਕਲਰ, ਸੇਮ ਦੇ ਵਿੱਚ ਇਹ ਰਹੇਗਾ ਸਲਵਾਰ ਦਾ ਕਲਰ, ਠੀਕ ਹੈ, ਪ੍ਰਿੰਟ ਬਹੁਤ ਪਿਆਰਾ, ਇਹ ਬਿਲਕੁਲ ਨਵਾਂ ਜਿਹਾ ਸ਼ੇਡ। ਇਹ ਹੈਗਾ ਜੀ ਸਲਵਾਰ ਦਾ ਕਲਰ, ਇਹ ਹੈਗਾ ਸ਼ਰਟ ਦਾ ਪ੍ਰਿੰਟ। 1500 ਪ੍ਰਾਈਸ ਦੇ ਵਿੱਚ ਨੇ ਸ਼ਿਮਰ ਦੇ ਸਾਰੇ ਸੂਟ ਇਹ, ਉਹ ਨਹੀਂ ਦਿਖਾਉਣੇ,
ਤੁਹਾਨੂੰ ਅਸੀਂ ਜਿਹੜੇ ਮੇਰੇ ਕੋਲ ਕਰਸ਼ ਟਿਸ਼ੂ ਦੇ ਕਰਸ਼ ਕੋਟਨ ਦੇ ਸੂਟ ਨੇ ਜਿਹੜੇ ਉਹ 2-3 ਕੁ ਪੀਸ ਪਏ ਨੇ, ਤੁਹਾਨੂੰ ਮੈਂ ਉਹ ਵੀ ਦਿਖਾਉਂਦੀ ਹਾਂ। ਕਿਸੇ ਨੂੰ ਉਹਨਾਂ ਵਿੱਚੋਂ ਪਸੰਦ ਆਉਂਦਾ ਤੁਸੀਂ ਉਹ ਵੀ ਲੈ ਸਕਦੇ ਹੋ। ਇਹ ਮੈਂ ਦਿਖਾਏ ਹੋਏ ਆ ਵੀਡੀਓ ਦੇ ਵਿੱਚ, ਇਹ ਜਿਹੜੇ ਫਿਰ ਡਬਲ ਹੁੰਦੇ ਆ, ਜਿੱਦਾਂ ਅਸੀਂ ਰਿਪੀਟ ਮੰਗਵਾਉਂਦੇ ਹਾਂ ਤਾਂ ਉਹਨਾਂ 'ਚੋਂ ਇੱਕ ਇੱਕ ਸੂਟ ਰਹਿ ਜਾਂਦਾ, ਕਈ ਵਾਰੀ ਬੁਕਿੰਗ ਲਈ ਵੀ ਹੁੰਦੀ ਆ ਸੀ ਉਹ ਵਾਲੇ ਸੂਟ ਨੇ। ਇਹ ਪਿਓਰ ਕੋਟਨ ਆ, ਜਿਨ੍ਹਾਂ ਨੇ ਮੇਰੀ ਪੁਰਾਣੀ ਵੀਡੀਓ ਦੇਖੀ ਵੀ ਉਹਨਾਂ ਨੂੰ ਪਤਾ ਲੱਗ ਜਾਏਗਾ ਇਹਦੇ ਬਾਰੇ। ਇਹ ਪਿਓਰ ਕਰਸ਼ ਕੋਟਨ 'ਤੇ ਆ ਜੀ ਸੂਟ। ਇਹਦੇ ਨਾਲ 2.5 ਮੀਟਰ ਦੀ ਸਲਵਾਰ ਆ ਅਤੇ 2.5 ਮੀਟਰ ਦੀ ਹੈਗੀ ਆ ਸ਼ਰਟ। ਨਵਾਂ ਸਟੱਫ ਆ ਬਿਲਕੁਲ, ਠੀਕ ਹੈ। ਇਹ ਹੈਗੀ ਜੀ ਸਲਵਾਰ ਅਤੇ ਇਹ ਹੈਗੀ ਆ ਸ਼ਰਟ। ਨੈਕਸਟ ਹੈਗਾ ਸੇਮ ਦੇ ਵਿੱਚ ਇਹ ਕਰਸ਼ ਕੋਟਨ ਦੇ ਸੂਟ ਆ, ਇਹਨਾਂ ਦਾ ਵੀ ਸੇਮ 1500 ਪ੍ਰਾਈਸ ਆ ਜੀ ਸੂਟਾਂ ਦਾ। ਸੇਮ ਹੀ ਪ੍ਰਾਈਸ ਦੇ ਵਿੱਚ ਸੀਗੇ ਸੂਟ ਇਹ ਕਰਸ਼ ਕੋਟਨ ਦੇ ਵਿੱਚ। ਇਹ ਹੈਗੀ ਹੈ ਸਲਵਾਰ, ਫੁੱਲ ਬ੍ਰੈਂਡਿਡ ਪੀਸ। ਇਹਨਾਂ 'ਚ ਕੋਈ ਸਿੰਥੈਟਿਕ ਟੱਚ ਨਹੀਂ, 12-13 ਵਾਲੇ ਸੂਟਾਂ 'ਚ, 14 ਵਾਲਿਆਂ 'ਚ ਹਲਕਾ ਜਿਹਾ ਭਾਵੇਂ ਸਿੰਥੈਟਿਕ ਟੱਚ ਆ ਜਾਵੇ, ਬਿਲਕੁਲ ਵੀ ਸਿੰਥੈਟਿਕ ਟੱਚ ਨਹੀਂ ਹੈਗਾ ਜੀ, ਪਿਓਰ ਕੋਟਨ ਆ। ਇਹਨਾਂ ਸੂਟਾਂ ਨੂੰ ਇਹ 21-22 ਦਾ ਸੇਲ ਕੀਤਾ ਜਾਂਦਾ ਹੈ ਅਤੇ ਇਹ ਸੂਟ ਹੈਗੇ ਨੇ ਸਾਰੇ 1500 ਦੇ। ਇਹ ਹੈਗਾ ਜੀ ਨੈਕਸਟ ਕਲਰ। ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਏਗੀ। ਜੋ ਵੀ ਸੂਟ ਅੱਜ ਦੀ ਵੀਡੀਓ 'ਚ ਪਸੰਦ ਆ, ਸਕਰੀਨਸ਼ੋਟ ਲੈ ਕੇ ਮੇਰੇ ਨੰਬਰ 'ਤੇ ਪਿਕ ਸੈਂਡ ਕਰ ਸਕਦੇ ਹੋ। ਕਮੈਂਟ ਕਰਕੇ ਜ਼ਰੂਰ ਦੱਸ ਦਿਓ ਸਾਰੇ ਸੂਟ ਕਿੱਦਾਂ ਲੱਗੇ। ਵੀਡੀਓ ਦੇਖਣ ਲਈ ਥੈਂਕ ਯੂ ਜੀ, ਬਹੁਤ ਸਾਰਾ ਪਿਆਰ ਦੇਣ ਲਈ ਥੈਂਕ ਯੂ ਸੋ ਮੱਚ।